ਤਾਂ ਅਲੱਦਾ ਨਜ਼ਰਿਆਤ ਰੱਖਣੇ ਲੀਆਂ। ਅਗਰ ਮੁਖਤਲਿਫ ਪਲੇਟਫਾਰਮ ਉੱਪਰ ਇਲੈਕਸ਼ਨ ਲੜ ਸਨ ਤਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਣੀਆਂ। ਔਰ ਜਿਸ ਦੀ ਵਜ੍ਹਾ ਤੋਂ ਤੱਕ ਕਿਹਾ 2006 ਨੇ ਪਰ ਬੈਰਿਸਟਰ ਸੁਲਤਾਨ ਮਹਿਮੂਦ ਸਾਹਿਬ ਨਾਲ ਅਲੱਦਾ ਇਲੈਕਸ਼ਨ ਲੜਨਾ ਔਰ ਪੀਪਲਸ ਪਾਰਟੀ ਨਾਲ ਅਲੱਦਾ ਇਲੈਕਸ਼ਨ ਲੜਨਾ ਜਿਹੜੇ ਸਾਡੇ ਕਾਫੀ ਹਲਕੇ ਜਿਨ੍ਹਾਂ 'ਚ ਅਸਾਂ ਡੈਮੇਜ ਹੋਏ ਹਾਂ ਔਰ ਉਸ ਦੀ ਵਜ੍ਹਾ ਤੋਂ ਜਨਾਬ ਮੁਸਲਿਮ ਕਾਨਫਰੰਸ ਸੀਟਾਂ ਜਿੱਤੀਆਂ ਔਰ ਹੁਣ ਵੀ ਬੈਰਿਸਟਰ ਸੁਲਤਾਨ ਮਹਿਮੂਦ ਸਾਹਿਬ ਅੱਜ ਉਹਨਾਂ ਦੀ ਪਾਰਟੀ ਨਾਲ ਕਨਵੈਨਸ਼ਨ ਵੀ ਆ ਜਿਹੜਾ ਨਾ ਅਸਾਂ ਨੇ ਬੇਸ਼ੁਮਾਰ ਲੋਕ ਚਾਹੁੰਦੇ ਕਿ ਪੀਪਲਸ ਪਾਰਟੀ 'ਚੋਂ ਵਾਪਸ ਅੱਛਣ। ਔਰ ਸਾਡਾ ਵੀ ਇਹ ਹੈ ਕਿ ਅਗਰ ਸਾਡੀ ਆਲਾ ਕਿਆਦਤ ਪਾਕਿਸਤਾਨ ਪੀਪਲਸ ਪਾਰਟੀ ਦੀ ਮਰਕਜ਼ੀ ਕਿਆਦਤ ਉਹਨਾਂ ਕੀ ਵਾਪਸ ਆਉਣਾ ਚਾਹੇ ਤਾਂ ਅਸਾਂ ਨੇ ਹਜ਼ਾਰਾਂ ਕਾਰਕੁਨ ਉਹਨਾਂ ਵਾਸਤੇ ਉਹਨਾਂ ਕੀ ਵੈਲਕਮ ਆਖਣੇ ਸੇ ਤਿਆਰ ਹੈ। ਔਰ ਮੈਂ ਮੇਰੀ ਖੁਆਇਸ਼ ਉਸੀ ਜ਼ਾਤੀ ਬੀਇੰਗ ਏ ਕਾਰਕੁਨ ਜਿਹੜਾ ਨਾ ਕਿ ਅਗਰ ਉਹ ਅਗਲਾ ਇਲੈਕਸ਼ਨ ਪੀਪਲਸ ਪਾਰਟੀ ਦੇ ਸਟੇਜ ਉੱਪਰ ਲੜਨ ਜਾਂ ਪੀਪਲਸ ਪਾਰਟੀ ਨਾਲ ਰਲੀਤਾ ਇਲੈਕਸ਼ਨ ਲੜਨ ਤਾਂ ਕਿ ਉਹ ਹਕੂਮਤ ਬਣਾਈ ਸਕੇ। ਤੁਸੀਂ ਕਿਆ ਸਮਝੋ ਜਿਲ੍ਹਾ ਉਹ ਅਗਰ ਪੀਪਲਸ ਪਾਰਟੀ ਨੇ ਵੀ ਵਾਪਸ ਜਿਸਨੇ ਪਏ ਉਹਨਾਂ ਗਰੀਬ ਲੋਕਾਂ ਨਾਲ ਕਿਹਾ ਸੀ ਜਿਹੜੇ ਆਪਸ ਦੇ ਵਿੱਚ ਲੜਨੇ ਰਹੇ ਇੱਕ ਪੀਪਲਸ ਪਾਰਟੀ ਪੀਪਲ ਮੁਸਲਿਮ ਲੀਗ ਨੇ ਜਿਹੜੇ ਬੇਸ਼ੁਮਾਰ ਜਗ੍ਹਾ ਝਗੜੇ ਵੀ ਹੋਏ ਤੁਸੀਂ ਨਹੀਂ ਪੜ੍ਹਿਆ ਵੀ ਸੀ ਅਖਬਾਰਾਂ ਵਿੱਚ ਸੁਣਿਆ ਵੀ ਸੀ ਬੇਸ਼ੁਮਾਰ ਝਗੜੇ ਉਹਨਾਂ ਗਰੀਬ ਲੋਕਾਂ ਨਾਲ ਕਿਹਾ ਸੀ ਅਗਰ ਉਹ ਵਾਪਸ ਆਏ ਠੀਕ ਸੀ ਤਾਂ ਅਗਰ ਜਨਾਬ ਇਹ ਸਿਆਸੀ ਇਖਤਲਾਫਾਤ ਹੋਣੇ ਸਿਆਸੀ ਇਖਤਲਾਫਾਤ ਇਤਨੀ ਅਹਿਮੀਅਤ ਨਹੀਂ ਰੱਖਣੇ ਕੋਈ ਜ਼ਾਤੀ ਦੁਸ਼ਮਣੀਆਂ ਅਸਾਂ ਤੁਹਾਨੂੰ ਤਾਂ ਕਿਹਾ ਸੀ ਕਿ ਪਿਛਲੇ ਦਿਨਾਂ ਸਾਡੇ ਕੋ ਚੇਅਰਮੈਨ ਸਦਰੇ ਪਾਕਿਸਤਾਨ ਆਸਫ ਜ਼ਰਦਾਰੀ ਸਾਹਿਬ ਇਹ ਗੱਲ ਆਇਆ ਸੀ ਕਿ ਸਿਆਸਤ ਦੇ ਅੰਦਰ ਤੁਸੀਂ ਕਿ ਦੁਸ਼ਮਣੀ ਨਹੀਂ ਰੱਖਣੀ ਚਾਹੀਦੀ। ਔਰ ਇਹ ਹੀ ਚੀਜ਼ ਹੈ ਕਿ ਸਾਡੀ ਜਿਹੜੀ ਪੀਪਲਸ ਪਾਰਟੀ ਦੀ ਆਈਡੀਆਲੋਜੀ ਹੈ ਬੇਸਿਕ ਨਜ਼ਰੀਆ ਜਿਹੜਾ ਨਾ ਕਿ ਤੁਸੀਂ ਸਿਆਸਤ ਕੀ ਸਿਆਸਤ ਕਰੇ ਤੱਕੋ ਉਸ ਕੀ ਜ਼ਾਤੀ ਦੁਸ਼ਮਣੀ ਤੱਕ ਨਾ ਆਣੋ। ਅਗਰ ਬੈਸਰ ਸੁਲਤਾਨ ਮਹਿਮੂਦ ਚੌਧਰੀ ਸਾਹਿਬ ਵਾਪਸ ਅੱਛਣ ਪਾਰਟੀ ਦੇ ਵਿੱਚ ਤੁਸੀਂ ਕਿਆ ਸਮਝੋ ਕਿ ਪਾਰਟੀ ਦੇ ਵਿੱਚ ਬੁੜੀ ਇਖਤਲਾਫ ਤਾਂ ਨਹੀਂ ਹੋਣ ਲੱਗਾ ਸਦਾਰਤ ਨੇ ਉੱਪਰ ਜਿਸ ਤਰ੍ਹਾਂ ਅਕਸਰ ਹੋਣਾ ਅਲੱਗ ਗੱਲ ਹੀ ਕਿ ਤੁਸੀਂ ਕਾਰਕੁਨ ਹੋ ਤੁਸੀਂ ਇਹ ਇਹਨਾਂ ਸਦਾਰਤ ਵਾਲੇ ਪਾਸਾ ਨਾ ਜਾਣੇ ਬੜਾ ਆਸਾ ਤੁਸੀਂ ਅਮਲੀ ਤੌਰ 'ਤੇ ਕੰਮ ਕਰਨ ਵਾਲੇ ਬੰਦੇ ਹੋ ਲੇਕਿਨ ਤੁਸੀਂ ਕਿਆ ਸਮਝੋ ਕਿ ਬੈਰਿਸਟਰ ਸੁਲਤਾਨ ਮਹਿਮੂਦ ਸਾਹਿਬ ਜਿਲ੍ਹਾ ਵਾਪਸ ਅੱਛਣ ਇਨਸ਼ਾਅੱਲਾ ਤਾਲਾ ਸੁਲਤਾਨੀ ਸਾਹਿਬ ਤੁਹਾਨੂੰ ਤਕਸੋ ਜਨਾਬ ਵਾਲਾ ਸਾਡੀ ਮਤਲਬ ਦਾਨਿਸ਼ਮੰਦ ਕਿਆਦਤ ਮੌਜੂਦ ਹੈ ਆਜ਼ਾਦ ਕਸ਼ਮੀਰ ਨੇ ਅੰਦਰ ਚੌਧਰੀ ਮਜੀਦ ਸਾਹਿਬ ਸਾਡੇ ਪਾਰਟੀ ਨੇ ਸਦਰ ਹੈ ਚੌਧਰੀ ਯਾਸੀਨ ਸਾਹਿਬ ਉਹ ਪਾਰਟੀ ਨੇ ਸੀਨੀਅਰ ਨਾਇਬ ਸਦਰ ਹੈ ਇਸ ਤਰ੍ਹਾਂ ਮਤਲਬ ਚੌਧਰੀ ਲਤੀਫ ਅਕਬਰ ਸਾਹਿਬ ਜਨਰਲ ਸੈਕਟਰੀ ਹੈ ਐਸੇ ਲੋਕ ਮੰਜੇ ਸਿਆਸਤਦਾਨ ਹੈ ਇਨਸ਼ਾਅੱਲਾ ਤਾਲਾ ਅਗਰ ਬੈਰਿਸਟਰ ਸੁਲਤਾਨ ਮਹਿਮੂਦ ਸਾਹਿਬ ਪੀਪਲਸ ਪਾਰਟੀ ਨੇ ਵਿੱਚ ਆਏ ਤਾਂ ਐਸਾ ਕੋਈ ਇਖਤਲਾਫਾਤ ਨਹੀਂ ਹੋਣ ਲੱਗੇ ਅਗਰ ਕੋਈ ਛੋਟੇ ਮੋਟੇ ਹੋਏ ਤਾਂ ਉਸਕੀ ਇਹ ਲੋਕ ਆਪਣੀ ਦਾਨਿਸ਼ਮੰਦੀ ਔਰ ਅਕਲਮੰਦੀ ਨਾਲ ਇਸ ਕੀ ਖਤਮ ਕਰੀ ਦੱਸ। ਜੰਗੀ ਸਾਹਿਬ ਓਵਰਸੀਜ਼ ਜਿਹੜਾ MLA ਹੈ ਜੀ ਜਿਹੜਾ ਸਾਡੇ ਇਸ ਜਿਸ ਕੀ ਨਾਮਜ਼ਦ ਕੀਤਾ ਜਾਣਾ ਉਸਨੇ ਤਰੀਕਾਕਾਰ ਕਿਹਾ ਅੱਜ ਥੋੜ੍ਹੀ ਮੈਂ ਖੁਦ ਮੈਂ ਨਾ ਸਮਝ ਸਕਿਆ ਕਿ ਉਸਨੇ ਕਿਆ ਤਰੀਕਾਕਾਰ ਆ ਉਸਨੀ ਵੋਟਿੰਗ ਹੋਣੀ ਉਹ ਇਸੇ ਤਰ੍ਹਾਂ ਬੰਦਿਆਂ ਵਿੱਚੋਂ ਚੂਜ਼ ਕੀਤਾ ਜਾਣਾ ਜਾਂ ਉਸਨੇ ਕਿਆ ਤਰੀਕਾਕਾਰ ਆ ਸਰ ਇਸ ਤੋਂ ਪਹਿਲਾਂ ਜੋ ਹੋਣਾ ਰਿਹਾ ਨਾ ਤਾਂ ਨਵੀਂ ਵੋਟਿੰਗ ਉਸਨੇ ਹੋਣੀ ਰਹੀ ਹੈ ਲੇਕਿਨ ਸਾਰਾ ਅਸਾਂ ਹਰ ਬੰਦੇ ਗਏ ਜੇ ਸਾਡੇ ਪਾਰਟੀ ਦੇ ਬੰਦੇ ਸੀਨੀਅਰ ਕਿਆਦਤ ਹੈ ਅਸੀਂ ਅਪੀਲ ਕਰਨੇ ਹਾਂ ਕਮ ਅਜ਼ ਕਮ ਜੇ ਇੱਥੇ ਨੇ ਬੰਦਾ ਬਣਿਆ ਹੈ ਉਹ ਕਮ ਅਜ਼ ਕਮ ਇੱਥੇ ਕਾਰਕੁਨ ਜਿਹੜੇ ਨੇ ਇੱਥੇ ਲੋਕ ਰਹਿਣ ਵਾਲੇ ਨੇ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਬੰਦਾ ਬਣਨਾ ਚਾਹੀਦਾ ਇੱਥੇ ਬੰਦੇ ਬਣੇ ਜਨਾਬ ਠੀਕ ਹੈ ਮੁਸਲਿਮ ਕੌਮਾਂ ਦੇ ਟਿਕਟ ਪਰ ਬਣੇ ਠੀਕ ਹੈ ਬਾਅਦ ਜਿੱਦ ਉਹਨਾਂ ਨੂੰ ਮਫਾਦ ਹੋਣਾ ਜੀ ਅਸੀਂ ਵਜ਼ਾਰਤ ਦਿਓ ਮਿਨਿਸਟਰੀ ਦਿਓ ਉਹ ਚਲੇ ਜਾਣੇ ਦੂਸਰੀਆਂ ਪਾਰਟੀਆਂ 'ਚ ਅੱਗੇ ਜਿੱਥੇ ਹਕੂਮਤ ਬਣੀ ਹੋਈ ਚਲੇ ਜਾਣੇ ਇਸ ਚੀਜ਼ ਦਾ ਟੋਟਲ ਜਿਹੜਾ ਨਾ ਇਸ ਮਜ਼ਮਤ ਕਰਨੇ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਬੰਦਾ ਉਹ ਬਣਨਾ ਚਾਹੀਦਾ ਜੇ ਕਾਬਲ ਹੋਵੇ ਠੀਕ ਹੈ ਜਿਸ ਨਾਲ ਅਕਸਰੀਅਤ ਹੋਵੇ ਉਹ ਬੰਦਾ ਬਣਨਾ ਚਾਹੀਦਾ ਉਹ ਖਾਸ ਕਰ ਸਾਰੇ UK ਰਹਿਣ ਵਾਲੇ ਲੋਕਾਂ ਨੂੰ ਮਸਲੇ ਮਸਾਲੇ ਉਸ ਸਮੇਂ ਹੋਵੇ ਠੀਕ ਹੈ ਸਾਰਾ ਨੁਮਾਇੰਦਾ ਉਸ ਕਮ ਅ ਕਮ ਉਸਨੀ ਨੁਮਾਇੰਦਗੀ ਸਾਰੀ ਕਰਨੀ ਚਾਹੀਦੀ ਹੈ ਉਸਨੀ ਨਜ਼ਰ ਇਹ ਨਹੀਂ ਹੋਣੀ ਚਾਹੀਦੀ ਮੀਂਹ ਕਿਹੜੀ ਵਜ਼ਾਰਤ ਮਿਲ ਸੀ ਜਾ ਕੇ ਠੀਕ ਹੈ ਮੀਂਹ ਕਿਹੜੀ ਗੱਡੀ ਮਿਲ ਸੀ ਉਹ ਸਾਰਾ ਨੁਮਾਇੰਦਾ ਉਸ ਕਮ ਅਜ਼ ਕਮ UK ਜਾਂ ਓਵਰਸੀਜ਼ ਬਾਕੀ ਕੰਟਰੀਆਂ ਵੀ ਹਨ ਤਾਂ ਕਮ ਅਜ਼ ਕਮ ਸਾਰੀਆਂ ਉਸ ਨੁਮਾਇੰਦਗੀ ਕਰਨੀ ਚਾਹੀਦੀ ਹੈ ਔਰ ਅਸ ਆਪਣੀ ਅਲੱਗ ਕਿਆਦਤ ਅੱਗੇ ਅਪੀਲ ਕਰਨੇ ਹਾਂ ਕਿ ਐਸਾ ਬੰਦਾ ਨਾ ਬਣਾਇਆ ਜਾਏ ਜਿਹੜਾ ਸਿਰਫ ਦੋਵਾਂ ਚੋਵਾਂ ਬੰਦੇ ਮੁੰਤਖਬ ਕੀਤੇ ਜਾਵੇ ਇਸ ਸਵਾਲ ਮੈਂ ਤੁਹਾਨੂੰ ਮੁੜੀ ਸਾਂ ਲੇਕਿਨ ਇਹ ਸਵਾਲ ਕਿ ਨਹੀਂ ਮੈਂ ਅਸ਼ਨਾ ਮਸੂਦ ਰਾਣਾ ਸਾਹਿਬ ਮਸੂਦ ਰਾਣਾ ਸਾਹਿਬ ਤੁਸਾਂ ਦੇਖੋ ਜੀ ਓਵਰਸੀਜ਼ ਦਾ ਜਿਹੜਾ ਤਲਕ ਆ ਓਵਰਸੀਜ਼ ਦਾ ਮਤਲਬ ਆ ਕਿ ਸਮੁੰਦਰ ਪਾਰ ਪਾਕਿਸਤਾਨੀ ਜੀ ਔਰ ਸਮੁੰਦਰ ਪਾਰ ਜਿਹੜਾ ਨਾ ਪਾਕਿਸਤਾਨ ਤੋਂ ਸਮੁੰਦਰ ਪਾਰ ਬੇਸ਼ੁਮਾਰ ਮੁਲਕ ਹੈ ਖਾਲੀ ਬਰਤਾਨੀਆ ਨਹੀਂ ਹੈ ਜੀ ਜਾਂ ਯੂਰਪ ਨਹੀਂ ਹੈ ਉਸਦੇ ਵਿੱਚ ਮਿਡਲ ਈਸਟ ਹੈ ਅਫਰੀਕਾ ਹੈ ਅਮੈਰੀਕਾ ਹੈ ਔਰ ਫਿਰ ਤੁਸੀਂ ਕਸ਼ਮੀਰੀਆਂ ਨੇ ਮਤਲਬ ਨੁਮਾਇੰਦਗੀ ਕਰਵਾਉਣਾ ਚਾਹੁੰਦੇ ਹੋ ਉਹਨਾਂ ਕੋਲੋਂ ਤਾਂ ਮਾੜਾ ਜਿਹੜਾ ਨੁਕਤਾ ਹੈ ਨਜ਼ਰ ਆ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਉਹ ਸਿਰਫ ਤੁਸਾਂ ਦੀ ਨੁਮਾਇੰਦਗੀ ਕਰਨੇ ਸਾ ਕੋਈ ਆਜ਼ਾਦ ਕਸ਼ਮੀਰ ਨਾ ਬੰਦਾ ਹੀ ਹੋਵੇ ਅਗਰ ਤੁਸੀਂ ਮਕਬੂਜ਼ਾ ਕਸ਼ਮੀਰ ਨੇ ਭਾਈਆਂ ਨਾਲ ਇਤਨਾ ਪਿਆਰ ਕਰਨੇ ਹੋ ਉਹਨਾਂ ਨਾਲ ਇਤਨੀ ਮੁਹੱਬਤ ਕਰਨੇ ਹੋ ਉਹਨਾਂ ਦੀ ਜਦੋਂ ਜਹਿਦ ਕਰਨੇ ਹੋ ਉਹਨਾਂ ਦੀ ਆਜ਼ਾਦੀ ਵਾਸਤੇ ਕਿ ਅਸਾਂ ਬੇਸ ਕੈਂਪ ਵੀ ਆਖਣੇ ਆਜ਼ਾਦ ਕਸ਼ਮੀਰ ਕੀ ਤਾਂ ਐਸੀ ਸੂਰਤ ਨੇ ਵੀ ਜਿਹੜੇ ਮਕਬੂਜ਼ਾ ਕਸ਼ਮੀਰ ਨੇ ਪੜ੍ਹੇ ਲਿਖੇ ਲੋਕ ਬਰਤਾਨੀਆ ਨੇ ਅੰਦਰ ਵੀ ਮੌਜੂਦ ਅਮੈਰੀਕਾ ਨੇ ਅੰਦਰ ਵੀ ਮੌਜੂਦ ਹੈ ਔਰ ਕਸ਼ਮੀਰ ਅਸਾਂ ਜਦੋਂ ਜਹਿਦ ਕਰਨੇ ਵਾਲੇ ਦੂਈਆਂ ਸਿਆਸੀ ਜਮਾਤਾਂ ਦੇ ਵਿੱਚ ਵੀ ਮੌਜੂਦ ਹੈ ਜਿਹੜੇ ਮਤਲਬ ਜਿਨ੍ਹਾਂ ਦੀ ਜਮਾਤ ਅਕਸਰੀਅਤ ਨਹੀਂ ਕਿੰਨੀ ਤੁਸੀਂ ਉਹਨਾਂ ਕੀ ਵੀ ਆਣੋ ਉਹਨਾਂ ਦੀ
जानत को इस्तफादा हासिल करो कश्मीर ने मसले पर वह क्या जानने क्या मौकफ है और फिर एक क्राइटेरिया नहीं होना चाहिए ना कि कोई कितना अमीर आदमी है एक क्राइटेरिया नहीं होना चाहिए ना कि किसनी कितनी बड़ी बरादरी है राणा साहब इससे पहले जरा उसने जरा उसकी नामजद किया जाना नामजद करने का तरीका कार क्या है जनाब वाला ये बड़ा जबरदस्त सवाल किया इस सवाल पर मैं अचना चाहूंगा मैं आज थोड़ी इस चीज की ना समझी सका मैं इस बारे की कि तुम दो जरा ना बड़ी सियासी जमात जो है उन्होंने तल रखने हो तो इस वक्त मैं जानना चाहना कि इसका तरीका कार क्या है इसकी नामजद किस तरह किया जाना सुल्तानी साहब इसना एक बड़ा जबरदस्त किस्म तरीकाकार है कि ये मुकम्मल तौर पर सदर जमात ना स्वाबदीदी अख्तियार होना जरा जमात ना सदर होना अगर उसकी पार्टी इलेक्शन जीती जाए तो उसकी ये अख्तियार हासिल है कि वह जिस मर्जी की चाहे अपना नुमाइंदा बनाई सके लेकिन मिकी बड़ी बड़ी मादरत नाल के सरदार अतीक साहब अपने ओवरसीज ने जो नुमाइंदे बरतानिया ने अंदर बनाए अगर इतना कोई एहसान पीपल्स पार्टी ने किसी कारकुन पर या जाले पर पीपल्स पार्टी ने सदर या उसने चेयरमैन किया हुआ है तो सारी जिंदगी उन्होंने नौकर और गुलाम रोवे जरा ना कि इतना बड़ा एहसान कि किसी कारकुन की उठी तो वो बनाई सटन ओवरसीज का नुमाइंदा एक बहुत बड़ा एजाज़ है सिलेक्टेड लोगों ने 40-50 बंद एक असेंबली ने बिच एक ओवरसीज ना बंदा जाइ तो स्वाबदीदी अख्तियार पर बेही जाए और फिर जो मुश्किल टाइम अच्छा है तो उस लो फिर सदर जमात की छोड़ी दो ये एक बड़ी अजीब जी चीज़ होनी एक क्राइटेरिया में समझी ना सके ना ये सर राणा साहब ने बड़ी प्यारी ने गल की है देखो ये राणा साहब जी गल की है मुड़ी तुसा ऋषि साहब मारे मैं तुसा की इशारा किया सर ने बिल्कुल नहीं आखिया जी आवर सीज ना एमएलए जे बनाया सरदार तीक साहब जी देखो पीपल पार्टी वाले वजीर आजम बनाया जो कोई उन्होंने किया मुड़ गया उन्हें पता पे ये कश्मीर कौंसल ने सीट वास्ते है जो कि पीपल पार्टी ने वजीर आजम बनाया भी पीपल पार्टी ने देख लिया क्या होया तो चलो एमएलए ने उस तो छोटी सीट होनी है जरा मतलब होना वजीर आजम तो 25-26 बंद सीटा लैके तो अगर वजीर आजम बनना सर गुजारिश यही है कि तुम्हें छोटी हो सी कि पार्टी ने भी है लेकिन ओवरसीज जो कश्मीरी है उन्हें तो क्या अहमियत रखना बनता जिसकी तुम चूज करने सर वो तो पहले दसा कम है कि उस ओवरसीज की आवाज़ जी अगर बुलंद करनी चाहिए लेकिन मैं राणे साहब ने जवाब तो दिता इन्हें आ गया भाई मुस्लिम कम से बंदा तो उसी काम अगर सारी जिंदगी याद रखनी चाहिए पीपल पार्टी ने अगर बने उन्होंने सारी जिंदगी याद रखे आ मैं तो गल रिपीट की है कि इन्होंने वजीर आजम ही इन्हें बनाया सी तो उस इन्हें कितना याद रखा पीपल पार्टी ने बनाया सी लेकिन आज तो वो हले भी कोशिश लगे हुए कि सारा वजीर आजम जो सारा बुरी तरह से सर अगर आया भी ना वैसे मैं गल करनी चाहिए क्योंकि खुद पीपल पार्टी ने नुमाइंदगी करने पे पीपल पार्टी ने त्रै चार बंदे त्रै चार त्रै चार इकट्ठे वजीर आजम बनो ठीक है लेकिन नामुमकिन की गल है राणा साहब ऐसी कोई गल नहीं जहांगीर साहब के मतलब सड़ा एक जमात ना सिस्टम आ जदू असा बैरिस्टर सुल्तान महमूद साहब की वजीर आजम बनाया सा बीबी साहिबा तो उस वो जमात ने सदर सन जड़ा ना हूँ भी मतलब एक प्रोटोकॉल ने लिहाज नाल चौधरी मजीद साहब साड़ी जमात ने सदर है और इंशाल्लाह ताला पीपल्स पार्टी अगला इलेक्शन जीत सी और भरपूर अंदाज ही जीत सी और बगैर एजेंसियां की मदाखलत जीत सी और प्रोटोकॉल ने हिसाब नाल जड़ा पार्टी ने सरबराह हो सी सदर हो सी आजाद कश्मीर ने उए साड़ा वजीर आजम ना नुमाइंदा तो क्या समझो कि जरा अगर बैरिस्टर सुल्तान महमूद चौधरी वापस अच्छे जमात ने बच्चे तो जमात उन्होंने की वापस सदारत ना होता जनाब ये मतलब कि पहले अर्ज की थी कि पहले अर्ज की थी असा जनाब वाला पार्टी ने कारकुन है और पार्टी ने आला क्यादत जड़ी पाकिस्तान ने अंदर बैठी क्योंकि पाकिस्तान पीपल्स पार्टी आज़ाद कश्मीर मतलब थ्रू आउट वो पाकिस्तान पीपल्स पार्टी ने अंडर है और साढ़े फैसले जड़े होने वो पाकिस्तान पीपल्स पार्टी ने अंडर होने और साढ़े जड़े को चेयरमैन साहब है साढ़े चेयरमैन बलावल भुट्टो जरदारी साहब जड़े और जड़े भी साढ़े फैसले उस आजाद कश्मीर पर वो असा काबिले कबूल हो सन उसने पर असा कारकुन लबैक आखसा इंशाल्लाह चलो जहांगीर साहब सर बिल्कुल राणा साहब ने गल की मैं इन्होंने गल तो रिपीट की थी क्योंकि समझ कि अगर बैसे सुधार महमूद चौधरी जिला इन्होंने वापस जमात अगर पीपल्स पार्टी ने भी वापस ज्वाइन करने तो पार्टी मुड़ी तो उनकी उही ओदा देसी जिस तरह वो पहले है सन तुसा अपने एक एज ए सियासी सर जो अगर पहली गल अगर अस अस ये चाहिए पीपल पार्टी होनी चाहिए साढ़े मुकाबले क्योंकि बाकी ये पार्टियां ना पी एम एल या बाकी ये मुस्लिम कमां का मुकाबला नहीं कर सकते सारी जमात ना मुकाबला पीपल पार्टी सारे ही होवन तो मुकाबला हो सकना अपना मध्य मुकाबला बंदा है तुम चाहते हो कि जानदार तगड़ा होना चाहिए अस कम सारा मुकाबला करने वाला असने सारे ही होने चाहिए तो सारा मुकाबला फिर मुस्लिम मुकाबला कर तो पता लगे वाकई दो समा दो जमाती सिस्टम होना चाहिए नाजरीन तुम सुनने पे हो गुफ्तगु साढ़े दो मेहमान इसलिए मौजूद हैं इतने मुस्लिम कॉन्फ्रेंस की नुमाइंदगी भी है पीपल पार्टी की नुमाइंदगी भी है
पीपल्स मुस्लिम लीग ना आई कन्वेंशन है, इस वजह तो उन्होंने नुमाइंदगी नहीं हो सकी इसी। लेकिन अगर तुम कोई गल करना चाहो इन्हों सारे मेहमानों के नाल, कोई ना कि सवाल करना चाहो आज़ाद कश्मीर की नुमाइंदगी के हवाले नाल, आज़ाद कश्मीरी सियासी जमातों के हवाले नाल कि क्या किरदार अदा करी दी है सारे ओवरसीज पाकिस्तानी इस ओवरसीज कश्मीरी आस्ते, तुस इन्हें कॉल कर सकते हो साढ़े इस टेलीफोन साढ़े टेलीविजन पर कॉल कर सकते हो। मैं घबराई गया थोड़ा जहा सियासी जमातों के चक्करों में, तो असं जुलसा होने एक निकी जी ब्रेक ने उपर तो मुड़ी इसा आखिया गया कि नहीं उन्हें थोड़ा टाइम रहना, तो चलो इंशाल्लाह हले फिर गुफ्तगू जारी रखने हैं। दो मिनट बाद असं जुलसा ब्रेक है पर लेकिन हले इन्होंने हले थोड़ा जहा इन्हें कि तीली तरह लाना, लेकिन चलो थोड़ा जहा छेड़छाड़ करने की गल है। आज़ाद कश्मीर ने हुकूमत चेंज हुई, सदारती साहब से उन्होंने चेंज किया गया, मुड़ी फारूक ब्लॉक आया, फिर मुड़ी वापस जोड़ा और अपने फारूक अदर साहब जोड़ा वो इसलिए वजीर आजम हैं। इस सारे सनारियों में आया जी कि सदरे पाकिस्तान ने सबसे ज़्यादा किरदार अदा किया जी, उन्होंने बड़ी जरा इसी शरारत की एक सबनी, तुम कह सकते हो उसी हकीकत है कुछ कुछ सर? अगर सदरे आसफ अली जरदारी ने अगर कोई अमल दरअमल होना तो इस दफा फारूक अदर साहब वजीर आजम से बने, उन्होंने पीपल पार्टी ने जो दो चार ने मिनिस्टर है उन्होंने बंदे खरीदने की कोशिश की है, सारे मसले किए लेकिन इस दफा उन्होंने दाल नहीं कली। लेकिन सदर जमात ने गल आखना सी जी कि वफाकी गवर्नमेंट जी है वो इसने बीच बड़ी अमल दरामद करनी वो अमल जरा उन्होंने आया उस मदाखलत करने पे सी, इसका मतलब है कि उन्होंने आखना गलत सा हो सर? मदाखलत तो उन्होंने की नहीं हो सके लेकिन कामयाब नहीं हो सके। इस मदाखलत जी सी सदर पाकिस्तानी तरफों से या सिर्फ चंद? देखो जी अगर अपना कायरा साहब की तरफों से और बाकी जो उन्होंने बंदे सुनने तरफों ऐसी बस जो सिस्टम से पता जो चलना आजकल पाकिस्तानी हुकूमत हो आज़ाद कश्मीर उन्होंने अपनी मर्जी ने बंदा बना, लेकिन इस दफा जी हुकूमत बनी है कम अज़ कम यह सिस्टम साढ़े जो कायदीन सन उन्होंने नहीं होने दिता। राणा साहब मैं जनाब इस मसले पर अच्छे तो पहले जरा ना क्योंकि असर थोड़ी देर जूसा ब्रेक है लेकिन इस गल मैं उस तो पहले एक पहाड़ी में शेर पढ़ सा जरा एक उर्दू ने पढ़ सा तुम इजाजत ने ना। बिल्कुल जनाब पहाड़ी ने बिच है कि जड़ा भी मैं बूटा लाया छेकड़ निकलिया सन्ना, सन्ने ना मतलब होना जरा कोड़ा छोड़ा जी जी। जड़ा भी मैं बूटा लाया छेकड़ निकलिया सन्ना, लोगों ने दरकाणू मिठे कोड़ा माड़ा गन्ना। कोड़ा माड़ा गन्ना इस शेर की मुड़ी से दोबारा रिपीट कर सा इंशाल्लाह जुलें एक ब्रेक है पर नाजीन इसलिए साड़ी ब्रेक टाइम होया पहले थोड़ा जहाँ मैं जल्दी करी असं क्योंकि मैं भी थोड़ा डरी गया पहले भाई क्योंकि सियासी जी माता ने चकला ही पाया तो थोड़ा जहाँ मैं भी घबराई गया तो तकने रहा तकबीर टीवी जुले एक निकी जी ब्रेक पर तो मुड़ी इस इंशाल्लाह नजीर तकने रहो। Please contact on 0121-440-4096 or email info@takbeer.tv. Visit us at takbeer.tv. Town name Takbeer TV. Bank HSBC. Account number 3444-5139. Sort code 401118. Address 21 Ombersley Road, Balsam Heath, Birmingham, B12AUR. If you require advice on issues related to family law, immigration, probate, criminal law, conveyancing, what? Legal Advice Hour.
live every Friday, 6 p.m. only.